हेलो दोस्तों, वेलकम आ जेके पंजाबी चैनल ते। ते आज दी इस वीडियो दे विच आपां ओपन बाक्स ते पहली वार इन्हां नूं इंस्टॉल करांगे स्टेनलेस स्टील ते लैदर बार स्टूल्स जां आपां नूं बार चेयर भी कह सकदे हां। ये आर्मलैस चेयर आ दोस्तों, तुसीं देख सकदे हो वीडियो दे विच मैं दो ऑलरेडी सैटअप करके रख लिया। दो होर बाक्स दे विच आ दोस्तों, मैं चार बाय कीतियां। एक बाक्स दे विच दो इह स्टूल बार आउंदे आ, ਇਹ ਸਟੇਨਲੈਸ ਸਟੀਲ ਦੇ ਬਣੇ ਹੋਏ ਆ ਅਤੇ ਉੱਤੇ ਇਹਨਾਂ ਦੇ ਲੈਦਰ ਲੱਖਿਆ ਹੋਇਆ। ਅਤੇ ਮੈਂ ਜਿਹੜੀਆਂ ਇਹ ਕਰੀਮ ਕਲਰ ਬਾਏ ਕੀਤਾ, ਜਿਹੜਾ ਕਰੀਮ ਕਲਰ ਆ ਦੋਸਤੋ ਇਹ ਬੜਾ ਲਿਮਿਟਡ ਜਿਹਾ ਕਲਰ ਆ, ਇਹ ਬਹੁਤ ਜ਼ਿਆਦਾ ਨਹੀਂ ਮਿਲਦਾ, ਥੋੜ੍ਹਾ ਜਿਹਾ ਐਕਸਪੈਂਸਿਵ ਵੀ ਆ। ਅਤੇ ਇਸ ਵੀਡੀਓ ਦੇ ਵਿੱਚ ਆਪਾਂ ਹਰ ਇੱਕ ਗੱਲ ਕਰਾਂਗੇ ਜਿਹੜੀ ਤੁਹਾਨੂੰ ਬਾਏ ਕਰਨ ਤੋਂ ਪਹਿਲਾਂ ਪਤਾ ਹੋਣੀ ਚਾਹੀਦੀ ਆ, ਕਿਉਂਕਿ ਮੈਂ ਕੁਛ ਦਿਨਾਂ ਤੋਂ ਇਹਨੂੰ ਸਰਚ ਕਰ ਰਿਹਾ ਸੀ। ਕਿਤੇ ਪ੍ਰਾਈਸ ਆਪਾਂ ਲੋਕਲ ਸਟੋਰ ਦੇ ਉੱਤੇ ਜਾ ਕੇ ਦੇਖਦੇ ਹਾਂ ਅਤੇ ਇੱਕ ਜਿਹੜੀ ਚੇਅਰ ਆ ਉਹੀ $200-$300 ਦੀ ਮੈਨੂੰ ਮਿਲਦੀ ਸੀ, ਪਰ ਫਿਰ ਮੈਂ ਇਹਨਾਂ ਨੂੰ ਰਿਸਰਚ ਕੀਤਾ ਤਾਂ ਮੈਨੂੰ ਇਹ ਐਮਾਜ਼ੋਨ ਦੇ ਉੱਤੋਂ ਮਿਲ ਗਈਆਂ। ਆਪਾਂ ਗੱਲ ਕਰਾਂਗੇ ਇਹਦੀ ਪ੍ਰਾਈਸ ਦੀ, ਇਹਦੀ ਆਪਾਂ ਡਿਮੈਂਸ਼ਨ ਦੀ ਗੱਲ ਕਰਾਂਗੇ। ਆ ਜਿਹੜੀਆਂ ਦੋ ਰੱਖੀਆਂ ਹੋਈਆਂ, ਇੱਕ ਮੈਂ ਫੁੱਲੀ ਐਕਸਟੈਂਡ ਕੀਤੀ ਹੋਈ ਆ ਅਤੇ ਇੱਕ ਹਾਲੇ ਐਕਸਟੈਂਡ ਨਹੀਂ ਕੀਤੀ ਹੋਈ। ਆਪਾਂ ਤੁਹਾਨੂੰ ਸਾਰੀ ਆਪਾਂ ਇਹਦੀ ਮੇਜਰਮੈਂਟ ਕਰਕੇ ਸਾਰਾ ਕੁਝ ਤੁਹਾਨੂੰ ਦੱਸਦੇ ਹਾਂ। ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਪ੍ਰਾਈਸ ਦੀ ਦੋਸਤੋ। ਇਹ ਦੋ ਚੇਅਰਾਂ ਦਾ ਸੈੱਟ ਮੈਨੂੰ$109 ਦੇ ਵਿੱਚ ਮਿਲਿਆ ਐਮਾਜ਼ੋਨ ਦੇ ਉੱਤੋਂ ਪਲੱਸ ਟੈਕਸ। ਸੋ ਮੈਨੂੰ ਚਾਰ ਚੇਅਰਾਂ ਜਿਹੜੀਆਂ ਹੈਗੀਆਂ $240 ਦੀਆਂ ਪਈਆਂ ਵਾ। ਅਤੇ ਜੇ ਤੁਸੀਂ ਲੋਕਲ ਸਟੋਰ ਤੋਂ ਖਰੀਦਦੇ ਹੋ ਤਾਂ ਇਹ ਆਲਮੋਸਟ ਇੱਕ ਚੇਅਰ ਦਾ ਹੀ ਪ੍ਰਾਈਸ ਆ। ਅਤੇ ਹੁਣ ਆਪਾਂ ਜਿਹੜੀਆਂ ਇਹ ਦੋ ਚੇਅਰਾਂ ਬਾਏ ਕੀਤੀਆਂ, ਮੈਂ ਤੁਹਾਨੂੰ ਦੱਸਦਾ ਕਿ ਇਹਨਾਂ ਦਾ ਡਿਮੈਂਸ਼ਨ ਅਤੇ ਇਹਨਾਂ ਦਾ ਸਾਈਜ਼ ਕੀ ਆ, ਕਿਉਂਕਿ ਮੇਰਾ ਜਿਹੜਾ ਕਾਊਂਟਰ ਆ ਵੈਸੇ ਹੁੰਦੇ ਤਾਂ ਸਟੈਂਡਰਡ ਹੀ ਆ। ਮੈਂ ਤੁਹਾਨੂੰ ਕਾਊਂਟਰ ਵੀ ਮਿਣ ਕੇ ਦੱਸ ਦੂੰਗਾ ਕਿ ਕਾਊਂਟਰ ਕਿੰਨਾ ਉੱਚਾ ਵਾ, ਇਹਦੇ 'ਚ ਇਹ ਫਿੱਟ ਆਉਣਗੀਆਂ ਜਾਂ ਨਹੀਂ ਆਉਣਗੀਆਂ। ਅਤੇ ਜੇ ਤੁਸੀਂ ਬਾਏ ਕਰਨੀਆਂ ਤਾਂ ਤੁਹਾਨੂੰ ਇਹ ਚੀਜ਼ ਦਾ ਪਤਾ ਹੋਊਗਾ। ਸਭ ਤੋਂ ਪਹਿਲਾਂ ਤਾਂ ਆਪਾਂ ਕਾਊਂਟਰ ਮਿਣਦੇ ਹਾਂ ਦੋਸਤੋ। ਜਿਹੜਾ ਮੇਰਾ ਕਾਊਂਟਰ ਆ ਇਹ ਥੱਲਿਓਂ 34 ਇੰਚ ਆ ਅਤੇ ਉੱਤੇ ਇਹ 35.5 ਇੰਚ, ਅਤੇ ਅਪਰੋਕਸੀਮੇਟਲੀ ਆਪਾਂ 36 ਇੰਚ ਦੇ ਨੇੜ ਤੇੜ ਆਪਾਂ ਮੰਨ ਕੇ ਚੱਲਦੇ ਹਾਂ ਵੀ ਇੱਥੋਂ ਤੱਕ ਇਹ 34.5 ਇੰਚ ਬਣਦਾ। ਅਤੇ ਜਿਹੜੀ ਚੇਅਰ ਆ ਇਹ ਥੱਲੇ ਤੁਸੀਂ ਬਿਲਕੁਲ ਇਹਨੂੰ ਥੱਲੇ ਰੱਖ ਕੇ, ਜਿਵੇਂ ਇਹ ਹੁਣ ਮੈਂ ਥੱਲੇ ਬਿਲਕੁਲ ਛੋਟੀ ਕੀਤੀ ਹੋਈ ਆ, ਇਸ ਤਰ੍ਹਾਂ ਤੁਸੀਂ ਇਹਨੂੰ ਥੱਲੇ ਕਰਦੇ ਹਾਂ ਤਾਂ ਪੂਰੀ ਐਗਜੈਕਟਲੀ ਫਿੱਟ ਆ। ਹੁਣ ਆਪਾਂ ਨੇ ਇਸ ਤਰੀਕੇ ਨਾਲ ਮੇਜ਼ਰ ਕਰ ਦਿੰਦੇ ਹਾਂ, ਜਿਹੜੀ ਕਿ ਬਿਨਾਂ ਐਕਸਟੈਂਡ ਕੀਤੇ ਤੋਂ ਇਹ 23 ਇੰਚ ਆ, ਜਿਹੜਾ ਟਾਪ ਆ ਇਹ 23 ਇੰਚ ਬਣਦਾ ਦੋਸਤੋ। ਅਤੇ ਜੇ ਪੂਰੀ ਐਕਸਟੈਂਡ ਕਰਕੇ ਇਹ ਜਿਹੜਾ ਟਾਪ ਆ 32 ਇੰਚ ਬਣਦਾ, ਇਹ 9 ਇੰਚ ਉੱਪਰ ਨੂੰ ਐਕਸਟੈਂਡ ਹੁੰਦੀ ਆ। ਜਿਹੜਾ ਤਾਂ ਥੱਲੜਾ ਵਾ ਰੇਡੀਅਸ ਹੈਗਾ 16 ਇੰਚ ਦਾ, ਇਹ ਵੀ 16 ਇੰਚ ਦਾ ਵਾ, 16 ਇੰਚ ਦਾ ਰੇਡੀਅਸ ਆ। ਫਿਰ ਤੁਸੀਂ ਦੇਖੋ ਇੱਥੇ ਉਹ ਫੁੱਟ ਸਟੈਪ ਵਾਸਤੇ ਬਣਿਆ ਹੋਇਆ, ਥੋੜ੍ਹਾ ਜਿਹਾ ਫੁੱਟ ਰੈਸਟ ਬਣੀ ਹੋਈ ਆ, ਬੜਾ ਫੀਲ ਕਰਦੇ ਕੰਫਰਟੇਬਲ। ਸਾਈਡ ਦੇ ਉੱਤੇ ਇਹਦੇ ਲੱਗਿਆ ਹੋਇਆ ਐਕਸਟੈਂਸ਼ਨ ਵਾਸਤੇ, ਇਹਨੂੰ ਤੁਸੀਂ ਐਕਸਟੈਂਡ ਕਰ ਸਕਦੇ ਹਾਂ ਫੁੱਲੀ ਐਕਸਟੈਂਡ। ਇਹਦੇ ਵਿੱਚ ਪਿਸਟਨ ਜਿਹਾ ਲੱਗਿਆ ਹੋਇਆ ਵਾ, ਅਤੇ ਇਸ ਤਰੀਕੇ ਦੇ ਨਾਲ ਤੁਸੀਂ ਇਹਨੂੰ ਈਜ਼ੀਲੀ ਐਕਸਟੈਂਡ ਕਰ ਸਕਦੇ। ਇਹ ਹੁਣ ਪੂਰੀ ਐਕਸਟੈਂਡ ਆ, ਦੋਨੇ ਇੱਕੋ ਜਿਹੀਆਂ ਵਾ। ਅਤੇ ਜਦੋਂ ਆਪਾਂ ਸਾਈਡ ਬਾਏ ਸਾਈਡ ਮਿਣਦੇ ਹਾਂ ਤਾਂ ਇਹ 16 ਇੰਚ ਹੀ ਇਹਦਾ ਜਿਹੜਾ ਇਸ ਤਰੀਕੇ ਦੇ ਨਾਲ, ਇੱਧਰ ਨੂੰ ਇਹ 15 ਇੰਚ ਆ ਦੋਸਤੋ। ਅਤੇ ਜਿਹੜੀ ਸੀਟ ਆ ਉੱਪਰ ਨੂੰ ਇਹ ਇੱਦਾਂ 13 ਇੰਚ ਆ, ਅਤੇ ਸਾਈਡ ਨੂੰ ਉਹੀ ਫਿਰ 16 ਇੰਚ ਆ। ਮਾੜਾ ਜਿਹਾ ਇਹ ਕਰਵੀ ਜੀ ਬਣੀ ਹੋਈ ਹੈ, ਡਿਜ਼ਾਇਨ ਬਣਿਆ ਹੋਇਆ। ਅਤੇ 16 ਇੰਚ ਦੀ ਸੀਟ ਆ, ਅਤੇ ਇਹਦਾ ਵੇਟ ਜਿਹੜਾ ਲਿਮਿਟ ਹੈਗੀ ਆ 250 ਪਾਉਂਡ ਆ, 250 ਪਾਉਂਡ ਤੱਕ ਇਹਦੇ ਉੱਤੇ ਭਾਰ ਤੁਸੀਂ ਪਾ ਸਕਦੇ ਆ, ਇਹਦੀ ਲਿਮਿਟ ਆ ਚੇਅਰ ਦੀ। ਹੁਣ ਮੈਂ ਤੁਹਾਨੂੰ ਜਿਹੜੀ ਇੱਕ ਚੇਅਰ ਆ ਇਹ ਆਪਾਂ ਅਸੈਂਬਲ ਕਰਕੇ ਦਿਖਾਵਾਂਗੇ, ਤੁਹਾਨੂੰ ਦਿਖਾਉਣੇ ਕਿ ਬਾਕਸ ਦੇ ਵਿੱਚ ਇਹ ਕੀ ਆਉਂਦਾ, ਅਤੇ ਉਸ ਤਰੀਕੇ ਦੇ ਨਾਲ ਤੁਸੀਂ ਫਿਰ ਬਾਕੀ ਦੀਆਂ ਸਾਰੀਆਂ ਨੂੰ ਵੀ ਤੁਸੀਂ ਇੰਸਟਾਲ ਕਰ ਸਕਦੇ ਆ। ਇਹਦੇ ਵਿੱਚ ਤੁਹਾਨੂੰ ਇੰਸਟਾਲ ਕਰਨ ਦੇ ਲਈ ਸਾਰੇ ਟੂਲ ਅਤੇ ਸਕਰੂ ਆਉਂਦੇ ਆ, ਤੁਹਾਨੂੰ ਕੋਈ ਚੀਜ਼ ਨਹੀਂ ਲੋੜ, ਬਹੁਤ ਕੁਇਕ ਇੰਸਟਾਲ ਹੋ ਜਾਂਦੀ। ਸਿਰਫ ਜਿਹੜੀ ਤੁਹਾਨੂੰ ਇਹਦੇ ਫੁੱਟ ਇੱਕ ਦੇ 4 ਸਕਰੂ ਤੁਹਾਨੂੰ ਕਸਣੇ ਪੈਂਦੇ, ਉਹਦਾ ਐਲਨ ਰਿੰਚ ਵੀ ਨਾਲ ਹੀ ਆਉਂਦਾ ਵਾ, ਅਦਰਵਾਈਜ਼ ਸਾਰਾ ਕਲਿੱਕ ਇੰਨੀ ਆ, ਲਾਕ ਹੋ ਜਾਂਦੀਆਂ ਚੀਜ਼ਾਂ। ਅਤੇ ਬਾਕਸ ਦੇ ਵਿੱਚ ਇਹ ਇੰਸਟਰਕਸ਼ਨ ਮੈਨੂਅਲ ਆਉਂਦਾ, ਇਹਦੇ ਵਿੱਚ ਤੁਸੀਂ ਸਾਰੀ ਇਹਦੀ ਇੰਸਟਰਕਸ਼ਨ ਵਗੈਰਾ ਲਿਖੀ ਹੋਈ ਹੈ, ਇਹਦੀ ਲਿਮਿਟ ਵਗੈਰਾ, ਇਹਦਾ ਸਾਰਾ ਕੁਛ। ਅਤੇ ਚਲੋ ਹੁਣ ਫਿਰ ਆਪਾਂ ਪਹਿਲਾਂ ਬਕਸ ਆ, ਮੈਂ ਤੁਹਾਨੂੰ ਦਿਖਾਉਣਾ ਕਿ ਕਿਹੜੇ ਬਕਸ 'ਚ ਆਉਂਦੀ ਆ। ਇਹ ਇਸ ਬਕਸੇ ਦੇ ਵਿੱਚ ਆਉਂਦੀ ਆ, ਮੈਂ ਇਹਨੂੰ ਆਲਰੇਡੀ ਖੋਲ ਲਿਆ, ਪਰ ਮੈਂ ਇੱਥੇ ਮੈਨਸ਼ਨ ਕਰਨਾ ਚਾਹੁੰਦਾ ਇਹਦੇ ਉੱਤੇ ਲਿਖਿਆ ਹੈ ਡੂ ਨਾਟ ਯੂਜ਼ ਨਾਈਫ ਜਾਂ ਬਲੇਡ, ਕਿਉਂਕਿ ਇਹਦੇ ਵਿੱਚ ਲੈਦਰ ਦੀ ਸੀਟ ਆ, ਜੇ ਤੁਸੀਂ ਡੂੰਘਾ ਫੇਰਤਾ ਤਾਂ ਲੈਦਰ ਦੀ ਸੀਟ ਆ ਜਿਹੜੀ ਉਹ ਕੱਟ ਹੋ ਜਾਣੀ ਹੈ। ਇਹਨੂੰ ਤੁਸੀਂ ਆਰਾਮ ਦੇ ਨਾਲ ਖੋਲ ਲੈਣਾ, ਜੇ ਤੁਸੀਂ ਖੋਲੋਗੇ ਦੇਖੋ ਇੱਦਾਂ ਇਹ ਬੜੀ ਵਧੀਆ ਬਕਸ ਦੇ ਵਿੱਚ ਪੈਕ ਹੋਈ ਹੋਈ ਆ। ਇਹ ਐਮਾਜ਼ੋਨ ਤੋਂ ਜੇ ਤੁਸੀਂ ਖਰੀਦਦੇ ਆ, ਹੋਰ ਡੀਲਰ ਦਾ ਮੈਨੂੰ ਪਤਾ ਨਹੀਂ ਉਹ ਕਿਵੇਂ ਪੈਕ ਕਰਦੇ ਕਿਵੇਂ ਨਹੀਂ, ਮੈਂ ਇਹ ਐਮਾਜ਼ੋਨ ਦੇ ਉੱਤੋਂ ਖਰੀਦੀ ਆ।
ਤੇ ਆ ਮਿਡਲ ਦੇ ਵਿੱਚ ਜਿਹੜੇ ਦੋ ਇਹਨਾਂ ਦੋਨਾਂ ਚੇਅਰਾਂ ਦੇ ਪੈਰ ਆ ਗਏ ਆ ਜਿਹੜੇ ਥੱਲੇ ਆਪਾਂ ਰੱਖਣੇ ਆ। ਇਹ ਵਾਲੀ ਹੈਵੀ ਨਹੀਂ ਗੀ ਦੋਸਤੋ, ਚੇਅਰ ਮੀਡੀਅਮ ਜਿਹਾ ਹੈਗਾ ਵਾ, ਨਾ ਵਾਲੀ ਲਾਈਟ ਆ। ਇਹ ਦੂਸਰਾ ਗਿਆ ਮਿਡਲ ਦਾ ਪਾਰਟ ਜਿਹੜਾ ਵਿਚਾਲੇ ਜਾਣਾ, ਆ ਫਿਰ ਦੂਸਰੀ ਚੇਅਰ ਦਾ। ਮੈਂ ਚੇਅਰ ਦੇ ਹਿਸਾਬ ਨਾਲ ਇਹਨਾਂ ਨੂੰ ਅੱਡ ਅੱਡ ਕਰਕੇ ਮੈਂ ਰੱਖੀ ਜਾਣਾ ਵਾਂ। ਆ ਦੋ ਇਹਦੇ ਪਿਸਟਨ ਆ ਗਏ ਆ, ਅਤੇ ਆਹ ਸਾਈਡਾਂ 'ਤੇ ਹੈਗੀਆਂ ਸੀਟਾਂ। ਇਹ ਆਰਮਲੈਸ ਆ ਦੋਸਤੋ, ਇਹਨਾਂ ਦੇ ਨਾਲ ਆਰਮਾਂ ਹੈਣੀਗੀਆਂ, ਪਰ ਤੁਸੀਂ ਆਰਮ ਨਾਲ ਬਾਏ ਕਰਨੀਆਂ ਥੋੜ੍ਹੀਆਂ ਜਿਹੀਆਂ ਹੋਰ ਐਕਸਪੈਂਸਿਵ ਹੋਣਗੀਆਂ, ਪਰ ਮੈਨੂੰ ਆਰਮ ਨਹੀਂ ਚਾਹੀਦੀਆਂ ਸੀ। ਇਹਦੇ ਵਿੱਚ ਜਿਹੜੇ ਸਾਰੇ ਸਕਰੂ ਅਤੇ ਜਿਹੜੀ ਇਹਦੀ ਕਰੋਮ ਵਗੈਰਾ ਟ੍ਰਿਮ ਵਗੈਰਾ, ਇਹਦੇ ਵਿੱਚ ਹੋਰ ਕੁਛ ਵੀ ਨਹੀਂ ਬਕਸ ਦੇ ਵਿੱਚ। ਇੱਦਾਂ ਸਾਰਾ ਸਮਾਨ ਆਪਾਂ ਇਹਦੇ ਵਿੱਚੋਂ ਕੱਢ ਲਿਆ। ਹੁਣ ਮੈਂ ਤੁਹਾਨੂੰ ਇੱਕ ਚੇਅਰ ਆਪਾਂ ਫਿੱਟ ਕਰਦੇ ਹਾਂ, ਦੇਖਦੇ ਹਾਂ ਕਿ ਇਹਨੂੰ ਫਿੱਟ ਕਿਵੇਂ ਕਰਨਾ। ਇਹਦੇ 'ਚ ਸਾਰੇ ਸਕਰੂ ਆ, ਇਹਨਾਂ ਨੂੰ ਤੁਸੀਂ ਖੋਲ੍ਹ ਕੇ ਪਹਿਲਾਂ ਇਹ ਪੇਪਰ ਦੇ ਵਿੱਚ ਦੱਸਦੇ ਵੀ ਆ ਕਿ ਤੁਸੀਂ ਇਨਵੈਂਟੋਰੀ ਕਰ ਲਓ। ਆਹ ਦੋ ਜਿਹੜੇ ਕਰੋਮ ਆ ਥੱਲੇ, ਜਿਹੜਾ ਪੈਰਾਂ ਦੇ ਲੋਕ ਜੇ ਲੱਗਣੇ ਆ ਸਿਲੰਡਰ ਨੂੰ, ਫਿਰ ਉਸ ਤੋਂ ਬਾਅਦ 'ਚ ਤੁਸੀਂ ਇਹ ਉੱਤੇ ਕਰੋਮ ਪਾਉਣੀ ਆ। ਐਲਨ ਰਿੰਚ 'ਤੇ ਆਹ ਸਕਰੂ ਆ ਗਿਆ, ਇੱਕ ਬੈਗ ਦੇ ਵਿੱਚ ਇੱਕ ਐਲਨ ਰਿੰਚ 'ਤੇ ਚਾਰ ਸਕਰੂ ਆ, ਇੱਥੇ ਦੋ ਬੈਗ ਆ ਚਾਰਾਂ ਚੇਅਰਾਂ ਦੇ। ਮੈਂ ਇਹਨਾਂ ਨੂੰ ਜਿਹੜਾ ਸਾਰੀ ਪਲਾਸਟਿਕ ਨਹੀਂ ਲਾਉਣੀ, ਮੈਂ ਪਹਿਲਾਂ ਸਾਰਾ ਕੁਛ ਫਿੱਟ ਕਰਨਾ। ਫਿੱਟ ਕਰਕੇ ਮੈਨੂੰ ਸਾਰਾ ਨਾਲ ਦੀ ਨਾਲ ਮੈਂ ਚੈੱਕ ਵੀ ਕੀਤਾ ਹੋਇਆ ਵੀ ਸਾਰਾ ਸਮਾਨ ਮੇਰੇ ਕੋਲ ਪੂਰਾ, ਕੋਈ ਚੀਜ਼ ਡੈਮੇਜ ਤਾਂ ਨਹੀਂ, ਟੁੱਟੀ ਤਾਂ ਨਹੀਂ, ਕੋਈ ਸਕਰੈਚ ਤਾਂ ਨਹੀਂ ਗਾ। ਅਤੇ ਸਭ ਤੋਂ ਪਹਿਲਾਂ ਆਹ ਮੈਂ ਕਰੋਮ ਰੱਖ ਕੇ ਅਤੇ ਮੈਂ ਜਿਹੜਾ ਸਿਲੰਡਰ ਇਹਨੂੰ ਪੁਸ਼ ਕਰਤਾ, ਇਹਨੇ ਇੱਦਾਂ ਕਲਿੱਕ ਦੀ ਆਵਾਜ਼ ਆਉਣੀ ਆ ਦੋਸਤੋ, ਇਹਨੇ ਲਾਕ ਹੋ ਜਾਣਾ। ਆਹ ਉਤਲਾ ਜਿਹੜਾ ਬਲੈਕ ਪਾਰਟ ਆ, ਇਹ ਤੁਸੀਂ ਲਾਓਗੇ ਤਾਂ ਇਹਦੇ ਉੱਤੇ ਔਰੰਜ ਜਿਹਾ ਬਟਨ ਆ, ਇਹ ਪ੍ਰੈਸ ਕਰਕੇ ਜਿਹੜਾ ਇਹ ਐਕਸਟੈਂਡ ਹੁੰਦਾ। ਹੁਣ ਆਹ ਜਿਹੜਾ ਮਿਡਲ ਵਾਲਾ ਪਾਰਟ ਆ, ਤੁਹਾਡੇ ਕੋਲ ਜਿਹੜਾ ਇੰਸਟਰਕਸ਼ਨ ਮੈਨੂਅਲ, ਉਹਦੇ ਤੋਂ ਵੀ ਤੁਸੀਂ ਪੜ੍ਹ ਸਕਦੇ ਹਾਂ ਕਿ ਇਹ ਕਿਵੇਂ ਕਿਵੇਂ ਤੁਸੀਂ ਇਹਨੂੰ ਇੰਸਟਾਲ ਕਰਨਾ। ਪਰ ਮੈਨੂੰ ਵਾਲੀ ਇਹਨਾਂ ਦੀ ਲੋੜ ਨਹੀਂ, ਮੈਂ ਆਈਡੀਆਜ਼ ਦੇ ਨਾਲ ਇਹਨੂੰ ਮੈਂ ਕਰੀ ਜਾਂਦਾ ਮੈਂ। ਆਹ ਜਿਹੜੇ ਚਾਰ ਸਕਰੂ ਆ, ਇਹ ਹੁਣ ਆਪਾਂ ਜਿਹੜੇ ਚੇਅਰ ਦੇ ਜਿਹੜੇ ਮਗਰ ਆਪਾਂ ਇਹਨਾਂ ਨੂੰ ਕੱਸਣਾ ਵਾ। ਆਹ ਚੇਅਰ ਆ, ਚੇਅਰ 'ਤੇ ਵੀ ਬਲੈਕ ਜਿਹਾ ਸਪਾਟ 'ਤੇ ਜਿੱਥੇ ਇੱਕ ਸਟਿੱਕਰ ਲੱਗਿਆ, ਉਹਦੇ ਚਾਰੇ ਪਾਸੇ ਚਾਰ ਸਕਰੂਆਂ ਦਾ ਹੋਲ ਬਣੇ ਹੋਏ ਆ, ਇਹਨੂੰ ਆਪਾਂ ਇੱਥੇ ਕੱਸ ਲੈਣਾ। ਕੱਸ ਕੇ ਜਿਹੜੀ ਇਹ ਚੇਅਰ ਆ, ਇਹ ਆਪਾਂ ਉਹ ਬਲੈਕ ਜਾਂ ਕੈਪ ਸਿਲੰਡਰ ਦੇ ਉੱਤੋਂ ਲਾ ਕੇ ਇਹਨੂੰ ਆਪਾਂ ਉੱਤੇ ਡਰਾਪ ਕਰ ਲੈਣਾ। ਇੱਦਾਂ ਇਹਦੇ 'ਚ ਇਹਨਾਂ ਨੇ ਨਾਲ ਆਪਾਂ ਨੂੰ ਚਾਰ ਸਕਰੂ ਦਿੱਤੇ ਆ, ਇਕੱਲਾ ਇਕੱਲਾ ਸਕਰੂ ਪਾ ਕੇ ਆਪਾਂ ਇਸ ਤਰੀਕੇ ਦੇ ਨਾਲ ਕੱਸ ਲੈਣਾ। ਦੋਨਾਂ ਚੇਅਰਾਂ ਦਾ ਸੇਮ ਹੀ ਪ੍ਰੋਸੈਸ ਆ। ਜਦੋਂ ਇੱਕ ਵਾਰੀ ਆਪਾਂ ਕੱਸ ਲਿਆ, ਫਿਰ ਇਹਨਾਂ ਨੂੰ ਆਪਾਂ ਦੁਬਾਰੇ ਫਿਰ ਟੈਸਟ ਕਰਾਂਗੇ। ਨਾਲ ਹੀ ਇਹਨਾਂ ਨੇ ਇਹ ਸਕਰੂ ਕੱਸਣ ਨੂੰ ਇੱਕ ਐਲਨ ਰਿੰਚ ਦਿੱਤਾ। ਤੁਸੀਂ ਆਪਣੇ ਟੂਲ ਵੀ ਯੂਜ਼ ਕਰ ਸਕਦੇ ਜੇ ਥੋੜ੍ਹਾ ਫਾਸਟ ਆ, ਪਰ ਇਹਦੇ ਲਈ ਤੁਹਾਨੂੰ ਹੈਂਡ ਟਾਈਟ ਹੀ ਆਪਾਂ ਕਰਨੇ ਆ, ਕੋਈ ਹੋਰ ਮਸ਼ੀਨ ਵਗੈਰਾ ਯੂਜ਼ ਕਰਨ ਦੀ ਲੋੜ ਨਹੀਂ, ਕਿਉਂਕਿ ਜਿਹੜੇ ਅੰਦਰ ਸਕਰੂ ਆ ਉਹ ਪਲਾਸਟਿਕ ਦੇ ਵਿੱਚ ਹੀ ਲਾਏ ਹੋਏ ਆ ਉਹਨਾਂ ਨੇ। ਲਓ ਜੀ, ਹੁਣ ਉਹ ਚਾਰ ਸਕਰੂ ਮੈਂ ਕੱਸ ਲਏ ਆ, ਅਤੇ ਹੁਣ ਅਗਲਾ ਸਟੈਪ ਹੈਗਾ ਇਹ, ਆਪਾਂ ਉਹ ਬਲੈਕ ਕੈਪ ਜਿਹਾ ਲਾ ਲਿਆ ਸਿਲੰਡਰ ਤੋਂ, ਅਤੇ ਇਹ ਜਿਹੜੀ ਚੇਅਰ ਹੈ ਇਹਨੂੰ ਆਪਾਂ ਡਰਾਪ ਕਰ ਦੇਣੀ ਆ। ਇਹ 360 ਡਿਗਰੀ ਦੇ ਉੱਤੇ ਸਪਿਨ ਕਰਦੀ ਆ, ਬਸ ਇੰਨਾ ਹੀ ਕੰਮ ਆ। ਅਤੇ ਇਹ ਵੀ ਲਾਕ ਹੋ ਗਿਆ। ਹੁਣ ਤੁਸੀਂ ਇਹਦੇ 'ਤੇ ਬਹਿ ਕੇ ਜਿਹੜਾ ਸਿਲੰਡਰ ਵਗੈਰਾ ਨੂੰ ਟੈਸਟ ਕਰ ਸਕਦੇ ਹੋ ਵੀ ਇਹ ਐਕਸਟੈਂਡ ਵਗੈਰਾ ਹੁੰਦਾ, ਅਤੇ ਹੋਰ ਜਿਹੜਾ ਕੋਈ ਤੁਸੀਂ ਡੈਮੇਜ ਵਗੈਰਾ ਚੈੱਕ ਕਰਨੇ ਕਰਕੇ। ਅਤੇ ਇਹਨੂੰ ਹੁਣ ਆਪਾਂ ਵਰਤਣ ਦੇ ਲਈ ਬਿਲਕੁਲ ਤਿਆਰ ਆ। ਮੈਂ ਇਹਦੇ ਸਾਰੇ ਪਲਾਸਟਿਕ ਲਾ ਦਿੰਦਾ ਅਤੇ ਆਪਾਂ ਲਾ ਲੈਂਦੇ ਹਾਂ ਆਪਣੇ ਆਈਲੈਂਡ 'ਤੇ। ਅਤੇ ਇਸ ਤਰੀਕੇ ਦੇ ਨਾਲ ਤੁਸੀਂ ਇਹਨੂੰ ਅਸੈਂਬਲ ਕਰ ਸਕਦੇ ਹੋ ਦੋਸਤੋ। ਮੈਂ ਤੁਹਾਨੂੰ ਇੱਕ ਵਾਰੀ ਫਿਰ ਦੱਸਦਾ, ਇਹ ਐਮਾਜ਼ੋਨ ਦੇ ਉੱਤੋਂ ਮੈਨੂੰ $250 ਦੀਆਂ ਚਾਰ ਚੇਅਰਾਂ ਵਿਦ ਟੈਕਸ ਐਂਡ ਸ਼ਿਪਿੰਗ ਐਵਰੀਥਿੰਗ, ਸ਼ਿਪਿੰਗ ਫਰੀ ਦਿੱਤੀ ਉਹਨਾਂ ਨੇ, ਅਤੇ ਪਈਆਂ ਐਮਾਜ਼ੋਨ ਤੋਂ। ਮੈਂ ਆਸੇ ਪਾਸੇ ਵੀ ਦੇਖੀਆਂ ਸੀ, ਆਪਣੇ ਲੋਕਲ ਸਟੋਰ ਦੇ ਉੱਤੇ ਇੱਕ ਚੇਅਰ ਹੀ ਜਿਹੜੀ ਹੈਗੀ ਆ, ਇਹ ਅਪਰੋਕਸੀਮੇਟਲੀ 250 ਦੇ ਨੇੜੇ ਤੇੜੇ ਮਿਲਦੀ ਆ। ਅੱਜ ਲਈ ਇੰਨੀ ਦੋਸਤੋ, ਧੰਨਵਾਦ ਵੀਡੀਓ ਦੇਖਣ ਦੇ ਲਈ। ਜੇ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਕੀਤਾ, ਇਹਨੂੰ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ, ਮਿਲਦੇ ਹਾਂ ਅਗਲੀ ਵੀਡੀਓ 'ਚ ਇੱਕ ਹੋਰ ਨਵੇਂ ਟੌਪਿਕ ਦੇ ਨਾਲ।